ਹੈਲੋ ਸਟੂਡੈਂਟਸ ਵੈਲਕਮ ਟੂ ਆਲ ਔਨ ਸੀਬੀਸੀ ਆਨਲਾਈਨ ਪਲੇਟਫਾਰਮ ਸਟੂਡੈਂਟਸ ਜਿਵੇਂ ਕਿ ਮੈਂ ਤੁਹਾਡੇ ਨਾਲ ਸਭ ਨਾਲ ਗੱਲ ਕੀਤੀ ਸੀ ਪੰਜਾਬ ਪੁਲਿਸ ਦੇ ਬਾਰੇ ਪੰਜਾਬ ਪੁਲਿਸ ਦਾ ਨੋਟਿਸ ਆਊਟ ਹੋ ਚੁੱਕਾ ਹੈ ਜੀ ਟਵਿੱਟਰ ਉੱਪਰ ਪੰਜਾਬ ਪੁਲਿਸ ਦੇ ਪੇਜ ਉੱਪਰ ਉਹਨਾਂ ਨੇ ਸ਼ੇਅਰ ਕਰ ਦਿੱਤਾ ਹੈ ਨੋਟਿਸ ਠੀਕੇ 3 ਕਰੋੜ ਲੋਕਾਂ ਦੀ ਰਖਵਾਲੀ ਲਈ ਪੰਜਾਬ ਪੁਲਿਸ ਕਰ ਰਹੀ ਹੈ ਬਹੁਤ ਹੀ ਬੰਪਰ ਵਿਕੈਂਸੀ ਦੀ ਭਰਤੀ ਠੀਕ ਹੈ ਜੀ ਇਸ ਭਰਤੀ ਵਿੱਚ ਕੀ ਕੁ ਹੁਸ਼ਾਰਾ ਏ ਟੂ ਜ਼ेड ਤੁਹਾਡੇ ਨਾਲ ਗੱਲਾਂ ਡਿਸਕਸ ਕਰਾਂਗੇ ਜੀ ਸਭ ਤੋਂ ਪਹਿਲਾਂ ਥੰਬਨੇਲ ਤੇ ਤੁਸੀਂ ਦੇਖ ਸਕਦੇ ਹੋ ਇਹ ਕਾਂਸਟੇਬਲ ਕਾਂਸਟੇਬਲ ਵਾਸਤੇ ਕਾਂਸਟੇਬਲ ਮੇਨਲੀ ਕਾਂਸਟੇਬਲ ਵਾਸਤੇ ਜੋ ਨੋਟਸ ਕੱਢਿਆ ਗਿਆ ਪੰਜਾਬ ਪੁਲਿਸ ਦੇ ਵੱਲੋਂ ਆਪਣੇ ਟਵਿੱਟਰ ਪੇਜ ਤੇ ਠੀਕ ਹੈ ਜੀ ਤਾਂ ਉਹਦੇ ਵਿੱਚ ਉਹਨਾਂ ਨੇ ਏਜ ਮੈਂਸ਼ਨ ਕੀਤੀ ਹੈ 18 ਤੋਂ 28 ਸਾਲ ਪੂਰੀ ਜਾਣਕਾਰੀ ਦੇ ਨਾਲ ਤੁਹਾਡੇ ਨਾਲ ਡਿਸਕਸ ਕਰਾਂਗਾ ਜਿਵੇਂ ਕਿ ਮੈਂ ਤੁਹਾਨੂੰ 3-4 ਦਿਨ ਪਹਿਲਾਂ ਇੱਕ ਜਾਣਕਾਰੀ ਦਿੱਤੀ ਸੀ ਵੀ ਜਿਸ ਦਿਨ ਤੁਸੀਂ ਜੇਲ੍ਹ ਵਾਰਡਨ ਦਾ ਜਿਸ ਦਿਨ ਤੁਸੀਂ ਜੇਲ ਵਾਟਨ ਦਾ ਫਾਰਮ ਫਿਲ ਕਰਕੇ ਬਾਹਰ ਆਓਗੇ ਲਾਸਟ ਡੇਟ ਜਿਸ ਦਿਨ ਹੋਵੇਗੀ ਉਸ ਦਿਨ ਤੁਹਾਨੂੰ ਜਾਣਕਾਰੀ ਮਿਲ ਜਾਵੇਗੀ ਪੰਜਾਬ ਪੁਲਿਸ ਦੇ ਬਾਰੇ ਤੇ ਜੂਨ ਦੇ ਵਿੱਚ ਭਰਤੀ ਸ਼ੁਰੂ ਹੋ ਜਾਵੇਗੀ ਉਹੀ ਸਾਰਾ ਤੁਹਾਡੇ ਸਾਹਮਣੇ ਸਾਰੀ ਗੱਲ ਹੋਈ ਏ ਠੀਕ ਹੈ ਜੀ ਜੇ ਸ਼ਾਇਦ ਕੱਲ ਜਾਂ ਪਰਸੋਂ ਤੱਕ ਜਿਹੜੀ ਥੀਕੇ ਜੇਲ ਵਾਰਡਨ ਦੀ ਲਾਸਟ ਡੇਟ ਹੈ ਠੀਕ ਹੈ ਜੀ ਤੇ ਅੱਜ ਹੀ ਪੰਜਾਬ ਪੁਲਿਸ ਦੇ ਵੱਲੋਂ ਆਪਣੇ ਪੇਜ ਉੱਪਰ ਜਾਣਕਾਰੀ ਸ਼ੇਅਰ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਾਂਸਟੇਬਲ ਦੀ ਪਰਤੀ ਦਾ ਐਲਾਨ ਕਰ ਦਿੱਤਾ ਗਿਆ ਹੈ ਬਹੁਤ ਧਮਾਕੇਦਾਰ ਪੋਸਟਾਂ ਨੇ ਜੀ ਠੀਕ ਹੈ ਜੀ ਇਹ ਤੁਸੀਂ ਟਵਿੱਟਰ ਪੇਜ ਤੇ ਦੇਖ ਸਕਦੇ ਹੋ ਪੰਜਾਬ ਪੁਲਿਸ ਦਾ ਟਵਿੱਟਰ ਪੇਜ ਹੈ ਠੀਕ ਹੈ ਜੀ ਪੰਜਾਬ ਪੁਲਿਸ ਦਾ ਟਵਿੱਟਰ ਪੇਜ ਹੈ ਤੁਸੀਂ ਆਪ ਪੈਨ ਚੇਂਜ ਕਰ ਲੈਣੇ ਹਾਂ ਜੀ ਪੰਜਾਬ ਪੁਲਿਸ india ए ट्विटर पेज है इन्होने स्पेशली मेंशन ਕੀਤਾ स्पेशली इन्होने मेंशन ਕੀਤਾ देखो वुड यू लाइक टू जॉइन ਪੰਜਾਬ ਪੁਲਿਸ ਇੰਡੀਆ ਔਨ आवर मिशन टू मेक ਲਾਈਫ ਸੇਫਰ ਫਾਰ ਓਵਰ 3 ਕਰੋੜ ਪੰਜਾਬੀਜ਼ ਪੰਜਾਬੀਆਂ ਦੀ 3 ਕਰੋੜ ਪੰਜਾਬੀਆਂ ਦੀ ਤੁਸੀਂ ਰਖਵਾਲੀ ਦੀ ਹਿੱਸਤੀ ਹੋਣਾ ਚਾਹੋਗੇ ਪੰਜਾਬ ਪੁਲਿਸ ਦੇ ਵਿੱਚ ਤੇ ਇੱਕ ਬਹੁਤ ਦੀ ਮੋਟੀਵੇਸ਼ਨ ਮੋਟੀਵੇਸ਼ਨ ਵਾਲੀ ਲਾਈਨ ਪੰਜਾਬ ਪੁਲਿਸ ਵੱਲੋਂ ਪੇਸ਼ ਕੀਤੀ ਗਈ ਹੈ ਬਹੁਤ ਹੀ ਮੈਂ ਇਹਨਾਂ ਨੂੰ ਵਧਾਈਦਾ ਵਧਾਈਦਾ ਪਾਤਰ ਸਮਝਦਾ ਹਾਂ ਵੀ ਬਹੁਤ ਹੀ ਵਧੀਆ ਚਾਂਸ ਦਿੱਤਾ ਹੈ ਪੰਜਾਬ ਪੁਲਿਸ ਨੇ ਠੀਕ ਹੈ ਜੀ ਇਸ ਦੇ ਵਿੱਚ ਕੀ ਆਇਆ ਸਭ ਤੋਂ ਮੇਜਰ ਥਿੰਗਸ ਤੁਸੀਂ ਨੋਟ ਕਰ ਲਓ ਕੁਆਲਿਫਿਕੇਸ਼ਨ ਕੀ ਆਈ ਹੈ ਕੁਆਲਿਫਿਕੇਸ਼ਨ ਆਈ ਹੈ ਪਲੱਸ 2 ਪਲੱਸ 2 ਬੇਸ ਤੇ ਤੁਸੀਂ ਪੜ ਸਕਦੇ ਹੋ ਪੰਜਾਬੀ ਕੀਤੀ ਹੋਣੀ ਚਾਹੀਦੀ ਹੈ ਦੂਸਰੀ ਗੱਲ ਕੀ ਹੈ ਜੀ ਏਜ ਕਿੰਨੀ ਆਈ ਹੈ ਜੀ ਏਜ ਆਈ ਹੈ 18 ਤੋਂ 28 18 ਤੋਂ 28 ਸਾਲ ਦੀ ਏਜ ਆਈ ਹੈ 18 ਤੋਂ 28 ਸਾਲ ਤੱਕ ਤੁਸੀਂ ਫਾਰਮ ਭਰ ਸਕਦੇ ਹੋ ਕਿੰਨੀ ਏਜ ਹੈ ਜੀ 18 ਤੋਂ 28 ਸਾਲ ਤੱਕ ਠੀਕ ਹੈ 1 1 21 ਤੱਕ ਇੱਕ-ਇੱਕ 21 ਦੇ ਅਕੋਰਡਿੰਗ ਸਿਲੇਬਸ ਰਿਟਨ ਚ ਕੀ ਆਵੇਗਾ ਜਿਵੇਂ ਕਿ ਪ੍ਰੀਵੀਅਸ ਵੀਡੀਓ ਵਿੱਚ ਮੈਂ ਤੁਹਾਨੂੰ ਡਿਸਕਸ ਕੀਤਾ ਸੀ ਰਿਟਨ ਚ ਕੀ ਆਵੇਗਾ ਮੈਥ ਰੀਜ਼ਨਿੰਗ ਠੀਕ ਹੈ ਜੀ ਉਹੀ ਆਇਆ ਹੈ ਲੈਂਗੁਏਜ ਪੰਜਾਬੀ ਇੰਗਲਿਸ਼ ਉਹੀ ਆਈ ਹੈ ਜੀ ਕੰਪਿਊਟਰ ਆਇਆ ਹੈ ਠੀਕ ਹੈ ਜੀ ਕਰੰਟ ਅਫੇਅਰ ਐਂਡ ਜੀਕੇ ਕਰੰਟ ਅਫੇਅਰ ਜੀਕੇ ਹਿਸਟਰੀ ਜੀਓਗ੍ਰਾਫੀ ਸਾਇੰਸ ਟੈਕਨੋਲੋਜੀ ਹਿਸਟਰੀ ਜੀਓਗ੍ਰਾਫੀ ਇਨਕਲੂਡਿੰਗ ਆਰਟ ਐਂਡ ਪੰਜਾਬੀ ਠੀਕ ਹੈ ਇਸ ਤੋਂ ਇਲਾਵਾ ਪੋਲਿਟਿਕਸ ਪੋਲਿਟੀ ਤੇ ਬਹੁਤ ਹੀ ਵਧੀਆ ਸਿਲੇਬਸ ਦੇ ਨਾਲ ਪੰਜਾਬ ਪੁਲਿਸ ਦੀ ਭਰਤੀ ਆਊਟ ਹੋ ਚੁੱਕੀ ਹੈ ਤੁਹਾਡੇ ਕੋਲ ਬਹੁਤ ਹੀ ਗੋਲਡਨ ਚਾਂਸ ਹੈ ਠੀਕ ਹੈ ਜੀ ਪੂਰੀ ਜਾਣਕਾਰੀ ਪੰਜਾਬ ਪੁਲਿਸ ਜਲਦੀ ਸ਼ੇਅਰ ਕਰੇਗੀ ਆਪਣੀ ਫੁੱਲ ਨੋਟੀਫਿਕੇਸ਼ਨ ਜਿਸ ਤੋਂ ਫਿਜ਼ੀਕਲ ਟੈਸਟ ਵੀ ਕਿਹਾ ਗਿਆ ਹੈ ਰੇਸ 1600 ਮੀਟਰ ਠੀਕ ਹੈ ਜੀ ਇੱਕ ਚਾਂਸ ਮਿਲੇਗਾ ਮੇਲਸ ਵਾਸਤੇ ਲੌਂਗ ਜੰਪ तीन पॉइंट अस्सी मीटर तीन चांस मिलने हाई जंप एक पॉइंट दस मीटर तीन चांस मिलने जी फीमेल्स वास्ते की है अठ सौ मीटर दौड़ लगनी है साढ़े चार मिनटा ठीक है जी मेल्स वास्ते साढ़े छे मिनट का टाइम है फीमेल्स वास्ते साढ़े चार मिनट का टाइम है एक चांस मिलेगा लोंग जंप वास्ते तीन मीटर तीन मीटर लोंग जंप मारना तीन चांस मिलने हाई जंप वास्ते जीरो पॉइंट नाइनटी फाइव मीटर भी करना तीन चांस मिलने बहुत ही धमाकेदार वि वी, वेकेंसी आईया ने स्पैशल मैनशन किया है रिटर्न एग्जाम विल भी रिटर्न एग्जाम विल बी कंडक्टेड बिफोर द ਫਿਜ਼ੀਕਲ ਸਕਰੀਨਿੰਗ ਟੈਸਟ ਮੀਨਸ ਪਹਿਲਾ ਰਿਟਰਨ ਹੋਵੇਗਾ ਪਹਿਲਾ ਰਿਟਰਨ ਹੋਵੇਗਾ ਫਿਜ਼ੀਕਲ ਬਾਅਦ ਚ ਲਿਆ ਜਾਊਗਾ ਜਿੰਨੇ ਰਿਟਰਨ ਚ ਪਾਸ ਕੀਤੇ ਹੋਣਗੇ ਬੱਚੇ ਉਹ ਬੱਚੇ ਜਾਣਗੇ ਆਪਣੇ ਰੇਟਾਂ ਉਨ ਦੇ ਵਿੱਚ ਕਿੰਨੂੰ ਕਹਿੰਦੇ ਨੇ ਆਪਣੇ ਫਿਜ਼ੀਕਲ ਦੇ ਵਿੱਚ ਠੀਕ ਹੈ ਜੀ ਤਾਂ ਬਹੁਤ ਵਧੀਆ ਚਾਂਸ ਹੈ ਬਹੁਤ ਵਧੀਆ ਤੁਹਾਡੇ ਕੋਲ ਮੌਕਾ ਹੈ ਕਿ ਤੁਸੀਂ ਪੰਜਾਬ ਪੁਲਿਸ ਵਿੱਚ ਭਰਤੀ ਹੋ ਸਕਦੇ ਹੋ ਤੇ ਪੰਜਾਬੀਆਂ ਦੀ 3 ਕਰੋੜ ਪੰਜਾਬੀਆਂ ਦੀ ਰਖਵਾਲੀ ਕਰ ਸਕਦੇ ਹੋ ਇਸ ਤੋਂ ਇਲਾਵਾ ਜੋ ਸਾਡਾ ਸਾਡੇ ਕੋਲ ਕੌਨਸਟੇਬਲ ਜੇ ਜੇਲ ਵਾਰਡਨ ਦਾ ਆਲਰੇਡੀ ਬੈਚ ਚੱਲ ਰਿਹਾ ਆਲਰੇਡੀ ਅਸੀਂ ਅਕੋਰਡਿੰਗ ਟੂ ਸਿਲੇਬਸ ਬੈਚ ਚੱਲ ਰਿਹਾ ਚਲਾ ਰਹੇ ਹਾਂ ਠੀਕ ਹੈ ਜੀ ਬਹੁਤ ਵਧੀਆ ਇਨਫੋਰਮੇਸ਼ਨ ਦੇ ਅਕੋਰਡਿੰਗ ਅਸੀਂ ਬੈਚ ਚਲਾਇਆ ਸੀ ਤੇ ਬਹੁਤ ਹੀ ਐਪਰੀਸ਼ੀਏਟ ਕਰਨਾ ਪੰਜਾਬ ਪੁਲਿਸ ਨੂੰ ਕਿ ਉਹਨਾਂ ਨੇ ਕਹਿ ਦੋ ਵੀ ਅਸੀਂ ਇੱਕ ਇਨਫੋਰਮੇਸ਼ਨ ਦਿੱਤੀ ਤਾਂ ਉਹ por eu três por eu que o tre ਜੇਲ ਸੁਪਰੀ ਜੇਲ ਵਾਰਡਨ ਦੇ ਫੋਰਮ ਭਰਨ ਤੋਂ ਪਹਿਲਾਂ ਤੁਹਾਨੂੰ ਕਿਹਾ ਸੀਗਾ ਉਹ ਤੱਕ ਨੋਟਿਸ ਇਨ ਆ ਜਾਵੇਗਾ ਇਨਫੋਰਮੇਸ਼ਨ ਆ ਜਾਵੇਗੀ ਤੁਹਾਡੇ ਸਭ ਦੇ ਸਾਹਮਣੇ ਇਨਫੋਰਮੇਸ਼ਨ ਹੈ ਰਾਜੇ ਠੀਕ ਹੈ ਜੀ ਸਭ ਦੇ ਸਾਹਮਣੇ ਸਿਲੇਬਸ ਹੈ ਪੰਜਾਬ ਪੁਲਿਸ ਦੀ ਭਰਤੀ ਆ ਚੁੱਕੀ ਹੈ ਤੇ ਜੂਨ ਚ ਇਸ ਦੀ ਸਟਾਰਟਿੰਗ ਹੋ ਰਹੀ ਜਾਦੀ ਹੈ ਠੀਕ ਹੈ ਰਾਜੇ ਚਲੋ ਮਿਲਦੇ ਹਾਂ ਕਲਾਸ ਜਿਨ੍ਹਾਂ ਨੇ ਕਾਂਸਟੇਬਲ ਤੇ ਜੇਲ ਵਾਰਡਨ ਦਾ ਕੋਰਸ ਲੈਣਾ ਹੈ ਕਿਉਂਕਿ ਜੇਲ ਵਾਰਡਨ ਦਾ ਵੀ ਸਿਲੇਬਸ ਆਲਮੋਸਟ ਸੇਮ ਰਹੇਗਾ ਤੁਸੀਂ ਆਪਣੀ ਤਿਆਰੀ ਕਰ ਸਕਦੇ ਹੋ ਸੇਮ ਸਿਲੇਬਸ ਰਹੇਗਾ ਕੋਈ ਇਹ ਇਧਰ ਉਧਰ ਹੋਣ ਦੇ ਬਹੁਤ ਘੱਟ ਚਾਂਸ ਨੇ ਪੰਜਾਬੀ ਤੇ ਇ ਹਾਜੀ ਅੱਜ ਹੀ ਬੈਜ ਜੁਆਇਨ ਕਰੋ ਤੇ ਆਪਣੀ ਤਿਆਰੀ ਨੂੰ ਪੂਰਾ ਕਰੋ ਕਿਉਂਕਿ ਬਹੁਤ ਹੀ ਜਲਦੀ ਰਿਟਰਨ ਟੈਸਟ ਹੋਵੇਗਾ ਤੇ ਜੋ ਸਾਡਾ ਬੈਡ ਚੱਲ ਰਿਹਾ ਉਸਦੇ ਵਿੱਚ ਤੁਹਾਨੂੰ ਲਾਈਵ ਪਲੱਸ ਰਿਕਾਰਡਡ ਕਲਾਸਾਂ ਮਿਲਣਗੀਆਂ ਬਹੁਤ ਧਮਾਕਾ ਦੇਰ ਤਿਆਰੀ ਕਰਾਂਗੇ ਆਪਾਂ ਠੀਕ ਹੈ ਇਨ ਇਹਨੀ ਜਾਣਕਾਰੀ ਨਾਲ ਤੁਹਾਡੇ ਤੋਂ ਅਲਵਿਦਾ ਲੈਣੇ ਆ ਥੈਂਕ ਯੂ ਬੈਸਟ ਆਫ ਲੱਕ